ਅੱਜ ਪਟਿਆਲਾ ਦੀ ਪੰਜਾਬ ਯੂਨੀਵਰਸਿਟੀ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੋ ਗੁੱਟਾਂ ਵਿਚਕਾਰ ਹੋਈ ਖੂਨੀ ਝੜਪ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬ ਯੂਨੀਵਰਸਿਟੀ ਪਟਿਆਲਾ 'ਚ ਸਵੇਰੇ ਦੋ ਨੌਜਵਾਨ ਗੁੱਟਾਂ ਵਿਚਕਾਰ ਖੂਨੀ ਝੜਪ ਹੋਈ ਜਿਸ ਵਿੱਚ ਇੱਕ 20 ਸਾਲ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਾਲਾਂਕਿ 3 ਤੋਂ 4 ਨੌਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਹੈ। ਮਰਨ ਵਾਲੇ ਮੁੰਡੇ ਦਾ ਨਾਮ ਨਵਜੋਤ ਸਿੰਘ, ਪੁੱਤਰ ਗੰਜੂਰ ਸਿੰਘ, ਪਿੰਡ ਸੰਗਤਪੁਰਾ, ਜ਼ਿਲ੍ਹਾ ਪਟਿਆਲਾ ਹੈ। ਪਟਿਆਲਾ ਦੀ ਯੂਨੀਵਰਸਿਟੀ 'ਚ ਨਵਜੋਤ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦਾ ਕੋਰਸ ਕਰ ਰਿਹਾ ਸੀ। ਵੀਰ ਜੀ, ਕੀ ਮੈਟਰ ਹੋਇਆ ਜਿਹੜਾ ਇਹ, ਕੀ ਲੱਗਦਾ ਜੀ ਤੁਹਾਡਾ? ਨਹੀਂ ਯਾਰ, ਮੈਂ ਘਰੋਂ ਆਇਆ ਬਾਈ। ਹਾਂ, ਮੁੰਡਾ ਡੈਥ ਕਿੰਨੇ ਕਿਸ ਦੀ ਹੋਈ ਹੈ ਜੀ ਮੌਤ? ਤੀਜਾ ਮੇਰਾ, ਫਸਟੀ ਕਰ। ਪੰਜਾਬੀ ਪੰਜਾਬੀ ਯੂਨੀਵਰਸਿਟੀ 'ਚ? ਪੰਜਾਬੀ ਯੂਨੀਵਰਸਿਟੀ ਬੀਟੈਕ ਕਰ ਰਿਹਾ। ਅੱਛਾ, ਬੀਟੈਕ ਕਰ ਰਿਹਾ ਸੀ। ਅਤੇ ਕੋਈ ਪਤਾ ਲੱਗਿਆ ਕਿੰਨਾ ਨੇ ਹਮਲਾ ਹੁਮਲਾ ਕੋਈ ਕੀਤਾ? ਕੋਈ ਪਤਾ ਨਹੀਂ। ਕੀ ਮੰਗ ਕੀ ਕਰਦੇ ਹੋ ਸਰ? ਮੰਗ ਇਹੀ ਆ ਵੀ ਸਾਡਾ ਬੱਚਾ ਮਰਿਆ, ਹੁਣ ਭੈਣ ਜਦੋਂ ਪੁਲਿਸ ਕੇਸ ਹੋਵੇ ਸਾਨੂੰ ਵੀ ਇਨਸਾਫ ਚਾਹੀਦਾ ਬਾਈ ਜੀ। ਸਾਡਾ ਵੀ ਅੱਜ ਜਵਾਨ ਪੁੱਤ ਵੱਗ ਗਿਆ, ਇੱਕ ਇੱਕ ਮੁੰਡਾ ਦੀ ਸਾਡਾ। ਵੀਰ ਜੀ, ਜਿਵੇਂ ਆਊਟਸਾਈਡਰ ਅੰਦਰ ਆ ਰਹੇ ਨੇ ਯੂਨੀਵਰਸਿਟੀ 'ਚ, ਕੀ ਸਖਤੀ ਹੋਣੀ ਚਾਹੀਦੀ ਹੈ ਇਹੋ ਜਿਹੀ ਪਾਬੰਦੀ ਲੱਗਣੀ ਚਾਹੀਦੀ ਹੈ? ਐਵੇਂ ਜੀ ਬਾਹਰੋਂ ਜਿਹੜੇ ਅੰਦਰ ਨਹੀਂ, ਬਾਕੀਆਂ ਕਾਹਦੀ ਨੇ ਬਾਈ, ਇਹ ਤਾਂ ਅੱਡੇ ਬਣ ਗਏ ਜਾਸੀ ਦੇ, ਭੈਣ ਚੋਦ ਦੇ। ਕੋਈ ਉੱਥੇ ਨਾਲ ਸਕਾਊਟ ਹੀ ਰਹਿੰਦੀ ਹੈ ਗੇਟ 'ਤੇ, ਫਿਰ ਵੀ ਬੜੀ ਜਾਂਦੇ ਨੇ। ਇਹ ਯੂਨੀਵਰਸਿਟੀ ਦਾ ਕੀ ਹੈ ਗਾ, ਸਾਡਾ ਭਤੀਜਾ ਹੀ ਲੱਗਦਾ ਸੀਗਾ, ਮੈਨੂੰ ਰੋਜ਼ ਰੋਜ਼ਾਨਾ ਦੀ ਤਰ੍ਹਾਂ ਆਪਣੇ ਯੂਨੀਵਰਸਿਟੀ ਜਾਂਦਾ ਸੀਗਾ, ਬੀ ਟੈਕ ਕਰ ਰਿਹਾ। ਇਹ ਦੋ ਭੈਣ ਭਰਾ ਨੇ ਜੀ, ਬਹੁਤ ਲਾਈਕ ਔਰ ਸਾਊ ਬੱਚਾ ਸੀਗਾ, ਪਰ ਅੱਜ ਤੱਕ ਇਸ ਪਰਿਵਾਰ ਦੀ ਕਦੇ ਕੋਈ ਲੜਾਈ ਝਗੜਾ ਜਾਂ ਬੱਚਾ ਕਿਸੇ ਨੂੰ ਵੀ ਕਦੇ ਉੱਚਾ ਬੋਲ ਬੋਲਿਆ ਹੋਵੇ ਅਸੀਂ ਸੋਚ ਨਹੀਂ ਸਕਦੇ। ਅੱਜ ਮੈਂ ਪਰੇ ਮਨ ਨਾਲ ਕਹਿ ਰਿਹਾ ਕਿ ਬਹੁਤ ਗਲਤ ਹੋਇਆ। ਕਾਰਨ ਤਾਂ ਸੁਣਨ 'ਚ ਆਇਆ ਵੀ ਕੋਈ ਹੋਰ ਬੱਚਿਆਂ ਦੀ ਲੜਾਈ ਹੋਈ ਸੀਗੀ, ਇਹ ਸਾਈਡ 'ਤੇ ਖੜਾ ਸੀਗਾ। ਉੱਥੇ ਵੀ ਪਤਾ ਕਰਿਆ, ਸੁਣਨ 'ਚ ਵੀ ਆਇਆ, ਕੁਛ ਉਹਦੇ ਯਾਰ ਦੋਸਤ ਦੱਸ ਰਹੇ ਆ ਵੀ ਇਹ ਤਾਂ ਸਾਈਡ 'ਤੇ ਖੜਾ ਸੀਗਾ। ਦੱਸਦੇ ਜੀ ਕਾਫੀ ਸੀਗੇ ਕਿ ਜਿੱਥੇ ਇਹ ਤਾਂ ਸਾਈਡ 'ਤੇ ਖੜਾ ਸੀ, ਦੱਸਦੇ ਜੀ ਕਾਫੀ ਸੀਗੇ ਕਿ ਜਿੱਥੇ ਇਹ ਤਾਂ ਸਾਈਡ 'ਤੇ ਖੜਾ ਸੀ, ਕੁਛ ਪਤਾ ਨਹੀਂ ਚੱਲ ਸਕੇ ਕਿਉਂਕਿ ਅਜੇ ਤੱਕ ਡੈੱਡ ਬੋਡੀ ਦੇਖੀ ਹੋਣੀ ਜੀ, ਕਿਸ ਤਰ੍ਹਾਂ ਕੀ ਮਾਰਿਆ ਬੱਚੇ ਦੇ, ਪੋਸਟਮਾਰਟਮ ਗਲਤ ਹੋ ਰਿਹਾ ਜੀ। ਕੋਈ ਹੈ ਨਹੀਂ ਕਿਸੇ ਪਾਸੇ ਵੀ ਸਰਕਾਰ, ਕਿਸੇ ਕੋਈ ਧਿਆਨ ਹੀ ਨਹੀਂ ਦੇ ਰਹੀ ਇਸ ਪਾਸੇ ਬੱਚਿਆਂ ਦਾ। ਦੇਖੋ ਸ਼ਰੇਆਮ ਕਤਰੇਆਮ ਹੋ ਰਿਹਾ, ਕੋਈ ਸੇਫ ਹੀ ਨਹੀਂ ਹੈਗਾ ਬੱਚਾ ਕਿਸੇ ਕਾਲਜ ਸਕੂਲ ਦੇ ਵਿੱਚ ਵੀ, ਹੈ ਨਾ। ਉੱਥੇ ਦੇਖੋ ਲੜਾਈ ਝਗੜਾ ਹੋਇਆ, ਇਕੱਲਾ ਬੱਚਾ ਪਰਿਵਾਰ ਦੇ ਵਿੱਚ ਇਹੀ ਦੇਖਣ ਨੂੰ ਰਹਿ ਗਿਆ ਸੀਗਾ ਜੀ, ਅੱਜ ਉਹ ਵੀ ਸਾਹਮਣੇ ਮਾਂ ਪਿਓ ਦੇ। ਉਹਨਾਂ ਦਾ ਆਪਸ 'ਚ ਸਫਲ ਹੋਇਆ, ਉਸ ਸਫਲ ਦੇ ਦੌਰਾਨ ਹੀ ਇੱਕ ਮੁੰਡੇ ਨੂੰ ਕ੍ਰਿਚ ਜਿਹੜੀ ਆ, ਕ੍ਰਿਚ ਨਾਲ ਉਹਨੂੰ 3 ਇੰਜਰੀਜ਼ ਕੀਤੀਆਂ, 2 ਉਹਦੀ ਥਾਈਸ 'ਚ, 1 ਉਹਦੇ ਐਬਡੋਮਨ 'ਚ। ਜਿਹੜੀ ਐਬਡੋਮਨ ਵਾਲੀ ਇੰਜਰੀ ਸੀਗੀ ਉਹ ਥੋੜ੍ਹੀ ਜਿਹੀ ਸੀਰੀਅਸ ਸੀਗੀ, ਇਹਦੇ ਕਰਕੇ ਉਹਨੂੰ ਇਮੀਡੀਏਟਲੀ ਇੱਥੇ ਹੋਸਪਿਟਲ ਰਸ਼ਨ ਕੀਤਾ, ਉਸ ਤੋਂ ਬਾਅਦ ਉਹਨੂੰ ਰਜਿੰਦਰਾ ਹੋਸਪਿਟਲ ਲੈ ਗਏ, ਉੱਥੇ ਉਹਦੀ ਮੌਤ ਹੋ ਗਈ ਹੈ। ਅਤੇ ਜਿਹੜੇ ਬੰਦਿਆਂ ਨੇ ਮਰਡਰ ਕੀਤਾ, ਮੈਂ ਆਪ ਮੌਕੇ 'ਤੇ ਆਇਆ ਇੱਥੇ ਪੰਜਾਬੀ ਯੂਨੀਵਰਸਿਟੀ, ਜਿਹੜੇ ਮੁੰਡਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਆ ਉਹ ਸਾਡੇ ਆਇਡੈਂਟੀਫਾਈਡ ਹੈਗੇ ਆ, ਉਹ ਬੇਸਿਕਲੀ ਫਾਜ਼ਿਲਕਾ ਫਿਰੋਜ਼ਪੁਰ ਏਰੀਏ ਦੇ ਰਹਿਣ ਵਾਲੇ ਆ। ਅਤੇ ਅਸੀਂ ਇਹਦੇ 'ਚ ਫਾਰਮੈਲਿਟੀਜ਼, ਲੀਗਲ ਫਾਰਮੈਲਿਟੀਜ਼ ਪੂਰੀ ਕਰਕੇ ਬਹੁਤ ਛੇਤੀ ਅਸੀਂ ਰੇਡ ਪਾਰਟੀਜ਼ ਬਣਾਤੀਆਂ ਨੇ ਜਿਹੜੀ ਆਲਰੇਡੀ ਬਾਹਰ ਨਿਕਲ ਚੁੱਕੀਆਂ ਨੇ, ਅਤੇ ਅਸੀਂ ਇਨਸ਼ੋਰ ਕਰਾਂਗੇ ਕਿ ਬਹੁਤ ਹੀ ਛੇਤੀ ਇਹ ਜਿਹੜੇ ਬੰਦਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਫੜਿਆ ਜਾਵੇ। ਹਾਂ ਬਿਲਕੁਲ ਹੈਗੀ ਆ ਜੀ, CCTV ਫੁਟੇਜ ਹੈਗੀ ਆ, ਉਹ ਪ੍ਰਿਜ਼ਰਵ ਕਰਾ ਲਈ ਹੈ। ਯੂਨੀਵਰਸਿਟੀ ਦੇ ਐਂਟਰੀ ਪੁਆਇੰਟ ਦੀ ਵੀ ਹੈਗੀ ਆ ਅਤੇ ਇਸ ਬਿਲਡਿੰਗ ਦੀ ਵੀ ਹੈਗੀ ਜਿੱਥੇ ਵਾਰਦਾਤ ਹੋਈ ਸੀ। ਕਿੰਨੇ ਕੁ ਬੰਦੇ ਸੀਗੇ? ਇਹ 3-4 ਜਾਣੇ ਸੀਗੇ ਜੀ। ਸਰ, ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਸਿਕਿਉਰਿਟੀ ਹੈਗੀ ਆ, ਫਿਰ ਵੀ ਇੰਨਾ ਵੱਡਾ ਇੰਸੀਡੈਂਟ ਹੋ ਜਾਂਦਾ ਸਰ? ਦੇਖੋ, ਇਹਨਾਂ ਦੀ ਲੋਕਲ ਸਿਕਿਉਰਿਟੀ ਹੈਗੀ ਆ, ਸਾਡੀ ਵੀ ਇੱਥੇ ਜਿਹੜੀ ਆ ਅਸੀਂ ਪੈਟਰੋਲਿੰਗ ਪਾਰਟੀਆਂ PCR ਵਗੈਰਾ ਭੇਜਦੇ ਹਾਂ। ਬੇਸਿਕਲੀ ਸਕਫਲ ਹੋਇਆ, ਸਕਫਲ ਦੇ ਨਾਲ ਹੀ ਹੀਟ ਆਫ ਦਾ ਮੂਵਮੈਂਟ 'ਚ ਉਹਨੇ ਕ੍ਰਿਚ ਨਾਲ ਵਾਰ ਕੀਤਾ, ਜਿਹਦੇ ਕਰਕੇ ਸਟੂਡੈਂਟ ਦੀ ਡੈਥ ਹੋ ਗਈ। ਅਸੀਂ ਇਨਸ਼ੋਰ ਕਰਾਂਗੇ ਕਿ ਛੇਤੀ ਫੜ ਲਓ। ਕਿਸੇ ਨਾਲ ਕੋਈ ਦੁਸ਼ਮਣੀ ਨਹੀਂ।
ਪੁਰਾਣੀ ਰੰਜਿਸ਼ ਜਾਂ ਦੁਸ਼ਮਣੀ ਕੋਈ ਕੋਈ ਰੰਜਿਸ਼ ਨਹੀਂ ਉਹਦਾ ਬਹੁਤ ਸਾਊ ਸੀਗਾ ਜੀ ਬਾਕੀ ਸਾਡੇ ਸਾਰੇ ਪਰਿਵਾਰ ਖੜਾ ਕੋਈ ਰੰਜਿਸ਼ ਨਹੀਂ ਜੀ ਕੱਲਾ ਬੱਚਾ ਘਰ ਦੇ ਵਿੱਚ ਕਿੰਨੇ ਵਜੇ ਪਤਾ ਲੱਗਿਆ ਜੀ ਤੁਹਾਨੂੰ ਲੜਾਈ ਝਗੜਾ ਹੋਇਆ ਸਾਨੂੰ ਤਾਂ 12:30 ਪਤਾ ਲੱਗਿਆ ਜੀ ਕੋਈ ਪਛਾਣ ਹੋਈ ਹੈ ਕਿਹਨਾਂ ਨਾਲ ਝਗੜਾ ਹੋਇਆ ਮੇਰੇ ਪ੍ਰਿੰਸ ਨੂੰ ਲਿਆਓ ਵੀਰ ਜੀ ਅਸੀਂ ਮੇਰੇ ਪ੍ਰਿੰਸ ਨੂੰ ਲਿਆਓ।